ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿਖੇ ਅੱਜ ਉਹ ਮਹਾਨ ਸੁਲਤਾਨਲ ਕੌਮ ਜਿਨ੍ਹਾਂ ਦੇ ਮਹਾਨ ਉਹ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਚੌਥੇ ਮੁਖੀ ਜਥੇਦਾਰ ਬੁੱਢਾ ਦਲ ਤਿਨ੍ਹਾਂ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਫਲੇ ਫਤਿਹ ਦਿਵਸ ਦੇ ਇਹ 300 ਸਾਲਾਂ ਨੂੰ ਜਨਮ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤਥਾ ਸਮੂਹ ਸੰਗਤਾਂ ਦੇਸ਼ ਵਿਦੇਸ਼ ਵਿੱਚੋਂ ਬੜਦੇ ਸ਼ਰਧਾ ਸਤਿਕਾਰ ਸਹਿਤ ਹਾਜ਼ਰੀਆਂ ਭਰਦਿਆਂ ਹੋਇਆ ਆਪ ਸਾਰੀਆਂ ਸੰਗਤਾਂ ਇਸ ਮਹਾਨ ਖੁਸ਼ੀ ਵਿੱਚ ਸਾਰਿਆਂ ਨੂੰ ਇਹ ਮਹਾਨ ਅਹਿਸਾਸ ਖੁਸ਼ੀ ਦਾ ਪ੍ਰਗਟਾਵਾ ਹੋ ਰਿਹਾ ਹੈ ਕਿ ਜਿਨ੍ਹਾਂ ਦੇ ਵੱਡ ਵਡੇਰਿਆਂ ਨੇ ਇਹ ਮਹਾਨ ਕਾਰਨਾਮੇ ਕੀਤੇ ਉਹਨਾਂ ਦੇ ਜੀਵਨ ਸੰਬੰਧੀ ਆਪ ਜੀ ਨੇ ਬਹੁਤ ਵਿਚਾਰਾਂ ਸਰਵਣ ਕੀਤੀਆਂ ਨੇ, ਹਾਜ਼ਰੀ ਪ੍ਰਵਾਨ ਕਰਨੀ। ਸਾਰੀਆਂ ਸੰਗਤਾਂ ਪਿਆਰ ਸਾਹਿਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤਾ ਸਮਾਂ ਨਹੀਂ, ਦੋ ਤਿੰਨ ਮਿੰਟ, ਕਿਉਂਕਿ ਬਹੁਤ ਕੁਛ ਆਪ ਨੇ ਸਰਵਣ ਕਰ ਲਿਆ ਹੈ। ਉਹਨਾਂ ਮਰਜੀਵੜਿਆਂ ਗੁਰਮੁਖ ਪਿਆਰਿਆਂ ਦੇ ਮਹਾਨ ਜੀਵਨ ਅੱਜ ਲੋੜ ਹੈ। ਖਾਲਸਾ ਜੀ, ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਕੇ ਪਿਆਰਿਆਂ ਨੇ ਉਹ ਮਹਾਨ ਪੂਰਨਾ ਪਾ ਕੇ ਉਹ ਗੁਰੂ ਸਾਹਿਬ ਜੀ ਦੀ ਦਰਸਾਈ ਮਰਜ਼ਾਦਾ ਤੇ ਚੱਲਦਿਆਂ ਹੋਇਆ ਆਪਣਾ ਆਪ ਗੁਰੂ ਤੋਂ ਵਾਰ ਨੇ ਫੇਰਨੇ ਕੀਤਾ, ਮਰਜ਼ਾਦਾ ਤੇ ਡਟ ਕੇ ਪਹਿਰਾ ਦਿੱਤਾ ਔਰ ਉਹ ਜਿਹੜੇ ਬੰਦੀ ਬਣਾ ਕੇ ਔਰਤਾਂ ਨੂੰ ਲਿਜਾਣ ਵਾਲੇ ਉਹ ਹਿੰਦੂਆਂ ਦੀਆਂ ਔਰਤਾਂ ਨੂੰ ਉਹ ਜ਼ਾਲਮ ਲੋਕ ਜਦੋਂ ਪਕੜ ਕੇ ਲਿਜਾ ਰਹੇ ਸਨ 22-22 ਸਾਲ ਦੇ ਕਾਫਲੇ ਨੂੰ ਛਡਾ ਕੇ ਘਰੋਂ ਘਰੀ ਪਹੁੰਚਾਉਣ ਦਾ, ਉਹ ਮਹਾਨ ਗੁਰੂ ਮਹਾਰਾਜ ਨੇ ਜੋ ਖਾਲਸੇ ਨੂੰ ਔਰ ਬਾਣੀ ਤੇ ਬਾਣਾ ਪਰਉਪਕਾਰ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲੇ ਦਾ ਉਹਨਾਂ ਨੇ ਪਹਿਰਾ ਦਿੱਤਾ ਔਰ ਇਸੇ ਤਰ੍ਹਾਂ ਅੱਜ ਸਮੁੱਚਾ ਹੀ ਖਾਲਸਾ ਪੰਥ ਔਰ ਪੰਥ ਅਕਾਲੀ ਬੁੱਢਾ ਦਲ ਜਿਨ੍ਹਾਂ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅੱਜ ਮੌਜੂਦਾ, ਉਹਨਾਂ ਨੇ ਇਹ ਮਹਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਾਰਿਆਂ ਨੇ ਮਿਲ ਜੁਲ ਕੇ ਵਿਚਾਰ ਗੁਰਮਤਾ ਕਰਕੇ ਔਰ ਅੰਮ੍ਰਿਤਸਰ ਸਾਹਿਬ ਜੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਕੀਰਤਨ ਔਰ ਕੱਲ੍ਹ ਜਿਵੇਂ ਖਾਲਸਾਈ ਖੇਡਾਂ ਮਹੱਲੇ ਖੇਡੇ ਗਏ ਇਸੇ ਤਰ੍ਹਾਂ ਅੱਜ ਦੀਵਾਨਾਂ ਦੀ ਹਾਜ਼ਰੀ ਹੈ ਔਰ ਕੱਲ੍ਹ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ
ਉਹ ਦਿੱਲੀ ਫਤਿਹ ਦਿਵਸ ਦਾ ਜੋ ਹਰ ਸਾਲ ਇਸੇ ਤਰ੍ਹਾਂ ਨਗਰ ਕੀਰਤਨ ਹੋਵੇਗਾ ਔਰ ਰਾਤਰੀ ਦੇ ਕੱਲ੍ਹ ਦੇ ਵੀ ਦੀਵਾਨ ਹਨ। ਸੋ ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ, ਗੁਰੂ ਕੇ ਪਿਆਰੇ ਹੋ, ਜੋ ਵੀ ਗੁਰੂ ਨਾਨਕ ਨਾਮ ਲੇਵਾ ਗੁਰੂ ਕੇ ਪਿਆਰੇ ਹਨ, ਉਹਨਾਂ ਮਰਜੀਵੜਿਆਂ ਦੇ ਮਹਾਨ ਇਤਿਹਾਸ ਤੋਂ ਇਹ ਸਾਨੂੰ ਜੋ ਸਿੱਖਿਆ ਪ੍ਰਾਪਤ ਹੁੰਦੀ ਆ, ਸਾਬਤ ਸੂਰਤ ਦਸਤਾਰ ਸਿਰਾ। ਗੁਰਮੁਖ ਪਿਆਰੇ ਹੋ, ਗੁਰੂ ਨਾਨਕ ਨਾਮ ਲੇਵਾ ਸਿੱਖ ਅਖਵਾਉਣ ਵਾਲੇ ਹੋ, ਸਾਰੇ ਗੁਰਮੁਖ ਘਰ ਪਰਿਵਾਰਾਂ ਦੇ ਵਿੱਚ ਜਿਹੜੇ ਨਵੀਂ ਪੀੜ੍ਹੀ ਆ ਸਾਰਿਆਂ ਨੂੰ ਇਹ ਅੱਜ ਦਾ ਮਹਾਨ ਇਤਿਹਾਸ ਸਾਰਿਆਂ ਨੂੰ ਇਹ ਦਰਸਾਉਂਦਾ ਹੈ ਕਿ ਸਾਬਤ ਸੂਰਤ ਹੋ ਕੇ ਤਿਆਰ ਪ੍ਰਤਿਆਰ ਹੋਈਏ ਔਰ ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤਿਆਰ ਪ੍ਰਤਿਆਰ ਨੇ ਭਾਗਾਂ ਵਾਲੇ ਨੇ। ਵੀਰ ਯੋਧਿਆਂ ਦੇ ਇਤਿਹਾਸਕ ਦਿਹਾੜਿਆਂ ਤੋਂ ਇਹ ਸਿੱਖਿਆ ਪ੍ਰਾਪਤ ਕਰੋ ਕਿ ਜਿਨ੍ਹਾਂ ਨੇ ਗੁਰੂ ਦੀ ਗੁਰਮਤ ਲੈ ਕੇ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸਾਏ ਮਾਰਗ ਤੇ ਚੱਲੇ, ਉਹਨਾਂ ਨੂੰ ਕੀ ਮਾਣ ਹਾਸਲ ਗੁਰੂ ਘਰੋਂ ਹੋਇਆ, ਉਹਨਾਂ ਨੂੰ ਸੁਲਤਾਨਲ ਕੌਮ ਦਾ ਸੋ ਬਾਦਸ਼ਾਹ ਹੋਣ ਦਾ, ਇਹ ਸਿੱਖ ਕੌਮ ਦਾ, ਇਹ ਯੋਧਿਆਂ ਦਾ ਉਹ ਮਹਾਨ ਇਤਿਹਾਸ ਆਪ ਸਾਰੇ ਸਰਵਣ ਕਰ ਰਹੇ ਹੋ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਮਾਰਗ ਦਰਸ਼ਨ ਕਰ ਰਿਹਾ, ਬਹੁਤਾ ਕੁਛ ਨਾ ਕਹਿੰਦਾ ਹੋਇਆ। ਸੋ ਖਾਲਸਾ ਜੀ, ਆਪ ਸਾਰੀਆਂ ਸੰਗਤਾਂ ਨੂੰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਵਿਸ਼ੇਸ਼ ਕਰਕੇ ਇਹ ਵਧਾਈ ਹੈ ਕਿ ਜਿਨ੍ਹਾਂ ਨੇ ਮਹਾਨ ਉਪਰਾਲਾ ਕੀਤਾ ਹੈ ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਐਸੇ ਯੋਧੇ ਸੂਰਬੀਰਾਂ ਦੇ ਇਹ ਦਿਹਾੜੇ ਮਨਾਉਣ ਦਾ ਔਰ ਗੁਰੂ ਕੇ ਇਤਿਹਾਸ ਤੋਂ ਆਉਣ ਵਾਲਿਆਂ ਨੂੰ ਇਸੇ ਤਰ੍ਹਾਂ ਜਾਣੂ ਕਰਵਾਉਂਦੇ ਰਹਿਣ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਪੰਥ ਖਾਲਸੇ ਜੀ ਦੀਆਂ ਚੜ੍ਹਦੀਆਂ ਕਲਾ ਬਖਸ਼ਣ। ਨਾਲ ਨਾਲ ਗੁਰਮੁਖ ਪਿਆਰੇ ਹੋਏ, ਮਾਣ ਹੈ ਕਿ ਉਹ ਬਾਣੀ ਤੇ ਬਾਣੇ ਵਿੱਚ ਰਹਿਣ ਵਾਲੇ ਜਥੇਦਾਰ ਸਾਹਿਬਾਨ ਅੱਜ ਉਹ ਬਾਣੀ ਤੇ ਬਾਣੇ ਦੇ ਸਰੂਪ ਵਿੱਚ ਗੁਰੂ ਕਾ ਖਾਲਸਾ ਪੰਥ ਨਿਹੰਗ ਸਿੰਘ, ਗੁਰੂ ਕੇ ਲਾਲ, ਗੁਰੂ ਕੀਆਂ ਲਾਡਲੀਆਂ ਫੌਜਾਂ ਔਰ ਸਮੁੱਚਾ ਹੀ ਖਾਲਸਾ ਪੰਥ ਸਿੱਖ ਸੰਗਤਾਂ ਇਕੱਤਰ ਹੋ ਕੇ ਇਹ ਪਾਵਨ ਦਿਹਾੜੇ ਮਨਾ ਕੇ ਗੁਰੂ ਸਾਹਿਬਾਂ ਜੀ ਦੀਆਂ, ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ। ਸਤਿਗੁਰੂ ਕੇ ਪਿਆਰਿਓ, ਕੀਰਤਨ ਦੀ ਆਰੰਭਤਾ ਹੋਈ ਹੈ ਤੇ ਰਾਗੀ ਸਿੰਘ ਹੁਣ ਭਾਈ ਚਮਨ ਲਾਲ ਸਿੰਘ ਜੀ ਨੇ ਵੀ ਕੀਰਤਨ ਕਰਨਾ ਹੈ, ਟਾਈਮ ਵੀ ਆਪਣੀ ਘੜੀ ਦੇ ਨਾਲ ਅੱਗੇ ਜਾ ਰਿਹਾ ਹੈ। ਸੋ ਇਸ ਕਰਕੇ ਹਾਜ਼ਰੀ ਪ੍ਰਵਾਨ ਕਰਨੀ ਸੰਪਰਦਾਇ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਵੱਲੋਂ ਵੀ ਨਗਰ ਕੀਰਤਨ ਦੇ ਨਾਲ ਨਾਲ ਵੀ ਸਾਰੀਆਂ ਹੀ ਕੱਲ੍ਹ ਦੀਆਂ ਜੋ ਮਹੱਲੇ ਦੀਆਂ, ਕੱਲ੍ਹ ਮਹੱਲਾ ਛਾਉਣੀ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਨਹਿਰੂ ਨਗਰ ਦੇ ਨੇੜੇ ਹੀ ਕੱਲ੍ਹ ਮਹੱਲਾ ਸੀ, ਉੱਥੋਂ ਕੱਲ੍ਹ ਮਹੱਲੇ ਦੀ ਰਵਾਨਗੀ ਹੋ ਕੇ ਮਹੱਲਾ ਹੋਇਆ। ਸੋ ਗੁਰੂ ਕੇ ਪਿਆਰਿਓ, ਬੜੀਆਂ ਖੁਸ਼ੀਆਂ ਮਹਾਰਾਜ ਨੇ ਬਖਸ਼ੀਆਂ ਨੇ, ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਗੁਰੂ ਖਾਲਸੇ ਦੇ ਪਾਵਨ ਪਵਿੱਤਰ ਇਤਿਹਾਸ ਔਰ ਗੁਰੂ ਇਤਿਹਾਸ ਗੁਰਮਤ ਦੇ ਸਹਿਜ ਦੇ ਸੱਚੇ ਪਾਤਸ਼ਾਹ ਜੀ ਨੇ ਜੋ ਬਾਣੀ ਬਾਣਾ ਔਰ ਸਤਿਗੁਰਾਂ ਨੇ ਜੋ ਮਰਿਆਦਾ ਬਖਸ਼ੀ ਹੈ, ਸਾਹਿਬ ਜੀ ਕਿਰਪਾ ਕਰਨ ਸਮੁੱਚੇ ਗੁਰੂ ਖਾਲਸੇ ਪੰਥ ਨੂੰ ਸਤਿਗੁਰਾਂ ਦੀ ਦਰਸਾਈ ਹੋਈ ਮਰਿਆਦਾ ਤੇ ਚੱਲ ਕੇ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅੱਜ ਨਾਲ ਨਾਲ ਸਾਰੀਆਂ ਸੰਗਤਾਂ ਜਿਵੇਂ ਆਪ ਇਕੱਤਰ ਹੋਏ ਹੋ ਔਰ ਇਸੇ ਤਰ੍ਹਾਂ ਕੱਲ੍ਹ ਨੂੰ ਨਗਰ ਕੀਰਤਨ ਵਿੱਚ ਵੀ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਦਰਸ਼ਨ ਦਿਦਾਰੇ ਦੇਣੇ। ਸੋ ਸਾਰੀਆਂ ਸੰਗਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਖੇ
ਇਸੇ ਤਰ੍ਹਾਂ ਹੀ ਜੁੜ ਮਿਲ ਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਹੁਲ ਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਖਾਲਸੇ ਜੀ ਦਾ ਬੋਲਬਾਲਾ ਲੈਂਦੇ ਤੋਂ ਜੜਦੇ ਤਾਂ ਹੀ ਸੱਚੇ ਪਾਤਸ਼ਾਹ ਨੇ ਖਾਲਸੇ ਜੀ ਨੂੰ ਬਖਸ਼ਿਸ਼ ਕੀਤਾ ਹੈ। ਇਹ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟੇ ਖਾਲਸਾ ਪਰਮਾਤਮ ਕੀ ਮੌਜ, ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਸ਼ਬਦ ਗੁਰੂ ਦੇ ਚਰਨਾਂ ਦੇ ਨਾਲ ਆਪਾਂ ਨੂੰ ਸਭ ਸਤਿਗੁਰਾਂ ਨੇ ਜੋੜਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰਦੇਵ ਪਿਤਾ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੀਏ। ਸਾਹਿਬ ਜੀ ਕਿਰਪਾ ਕਰਨ, ਖੁਸ਼ੀਆਂ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਫਿਰ ਦੁਬਾਰੇ ਪੰਥ ਅਕਾਲੀ ਬੁੱਢਾ ਦਲ ਜਥੇਦਾਰ ਬਾਬਾ ਬਲਬੀਰ ਸਿੰਘ ਸਾਹਿਬ ਜੀ ਵੱਲੋਂ ਔਰ ਤਰਨਾ ਦਲ ਵੱਲੋਂ, ਬਾਬਾ ਗਜਰ ਸਿੰਘ ਜੀ ਵੱਲੋਂ, ਬਾਬਾ ਨਿਹਾਲ ਸਿੰਘ ਸਾਹਿਬ ਜੀ ਵੱਲੋਂ, ਸਮੁੱਚੇ ਦਲਾਂ ਪੰਥਾਂ ਵੱਲੋਂ ਔਰ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਵੱਲੋਂ ਬੇਅੰਤ ਬੇਅੰਤ ਵਧਾਈਆਂ ਦਿੰਦਾ ਹੋਇਆ, ਔਰ ਇਸੇ ਤਰ੍ਹਾਂ ਇਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਅਰਦਾਸ ਹੈ ਸਤਿਗੁਰੂ ਇਸੇ ਤਰ੍ਹਾਂ ਹੀ ਇਹਨਾਂ ਨੂੰ ਬਲ ਪ੍ਰਦਾਨ ਕਰਨ, ਖੁਸ਼ੀਆਂ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਪਿਆਰ ਸਾਹਿਤ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।